ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵੱਲੋਂ ਚਾਈਨਾ ਡੋਰ ਦੀ ਵਿਕਰੀ ਖਰੀਦ ਤੇ ਸਟੋਰ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਮੁਹਿੰਮ ਹੈ ਜਿਹੜੀ ਤੇਜ਼ ਕਰ ਦਿੱਤੀ ਗਈ ਹੈ। ਇਹ ਚਾਈਨਾ ਡੋਰ ਜਿੱਥੇ ਇਨਸਾਨੀ ਜ਼ਿੰਦਗੀ ਲਈ ਬਹੁਤ ਘਾਤਕ ਹੈ ਦੇ ਨਾਲ ਨਾਲ ਪੰਛੀਆਂ ਪਸ਼ੂਆਂ ਲਈ ਵੀ ਬਹੁਤ ਹਾਨੀਕਾਰਕ ਹੈ। ਅੰਮ੍ਰਿਤਸਰ ਦੇ ਖੇਤਰ ਵਿੱਚ ਚਾਈਨਾ ਡੋਰ ਵੇਚਣ ਤੇ ਖਰੀਦਣ ਜਾਂ ਸਟੋਰ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਿੱਚ ਕੋਈ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਏਸੀਪੀ ਸ਼੍ਰੀ ਬਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਥਾਣਾ ਸਿਵਲ ਲਾਈਨ ਦੇ ਅਧੀਨ ਆਉਂਦੀ ਪੁਲਿਸ ਚੌਕੀ ਗ੍ਰੀਨ ਐਵੇਨਿਊ ਦੀ ਪੁਲਿਸ ਵੱਲੋਂ ਨੇੜੇ ਮਾਨਵ ਪਬਲਿਕ ਸਕੂਲ ਗ੍ਰੀਨ ਐਵੇਨਿਊ ਦੇ ਖੇਤਰ ਵਿੱਚ ਨਾਕਾਬੰਦੀ ਦੌਰਾਨ ਵਹੀਕਲਾਂ ਦੀ ਚੈਕਿੰਗ ਕਰਦੇ ਹੋਏ ਇੱਕ ਵਿਅਕਤੀ ਪਾਸਿਓਂ 55 ਗੱਟੂ ਚਾਈਨਾ ਡੋਰ ਤੇ ਐਕਟਿਵਾ ਪੀਵੀ 02EH1245 ਬਰਾਮਦ ਕੀਤੀ ਗਈ ਹੈ। ਫੜੇ ਗਏ ਵਿਅਕਤੀ ਦੀ ਪਹਿਚਾਣ ਪ੍ਰੇਮ ਸਿੰਘ ਉਰਫ ਪ੍ਰੇਮ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮਕਾਨ ਨੰਬਰ 483B ਬਲਾਕ ਰਣਜੀਤ ਐਵੀਨਿਊ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਇਸ ਦੇ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਇਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਇਹ ਕਿੱਥੋਂ ਲੈ ਕੇ ਆਇਆ ਸੀ ਤੇ ਅੱਗੇ ਕਿੱਥੇ ਵੇਚਣ ਜਾ ਰਿਹਾ ਸੀ। ਹੋਰ ਉਹਨਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ। ਸਰ ਕਮਿਸ਼ਨ ਦੇ ਥਾਣਾ ਸਿਵਲ ਲਾਈਨਸ ਵਿਖੇ ਕੱਲ ਜਦੋਂ ਪ੍ਰੇਮ ਸਿੰਘ ਪੁੱਤਰ ਗੁਰਦੀਪ ਸਿੰਘ ਜੋ ਕਿ ਬੀ ਬਲੋਕ ਦਾ ਰਹਿਣ ਵਾਲਾ ਵਾ ਇਹ ਆਪਣੀ ਐਕਟਿਵਾ 'ਤੇ ਜਾ ਰਿਹਾ ਸੀਗਾ। ਪੁਲਿਸ ਪਾਰਟੀ ਵੱਲੋਂ ਮਾਨਵ ਸਕੂਲ ਕੋਲ ਨਾਕਾਬੰਦੀ ਕੀਤੀ ਹੋਈ ਸੀ। ਜਦੋਂ ਅਸੀਂ ਇਸ ਦੀ ਐਕਟਿਵਾ ਦੀ ਸਰਚ ਕੀਤੀ ਤਾਂ ਸਾਨੂੰ ਇਸ ਕੋਲੋਂ 55 ਦੇ ਕਰੀਬ ਚਾਈਨਾ ਡੋਰ ਦੇ ਗੱਟੂ ਬਰਾਮਦ ਹੋਏ ਨੇ, ਜਿਸ ਤੋਂ ਬਾਅਦ ਪੁਲਿਸ ਨੇ ਇਸ ਦੇ ਖਿਲਾਫ਼ ਅਧੀਨ ਧਾਰਾ 336, 188 IPC ਤਹਿਤ ਇੱਕ FIR ਦਰਜ ਕੀਤੀ ਹੈ। ਇਸ ਵਿੱਚ ਜੋ ਐਕਟਿਵਾ ਯੂਜ਼ ਕੀਤੀ ਗਈ ਸੀ ਕ੍ਰਾਈਮ ਦੇ ਵਿੱਚ ਉਸ ਐਕਟਿਵਾ ਵੀ ਇਸ ਕੋਲੋਂ ਰਿਕਵਰ ਕੀਤੀ ਗਈ ਹੈ। ਇਸ ਤੋਂ ਇਲਾਵਾ ਜੋ 55 ਗੱਟੂ ਇਲੀਗਲੀ ਇਹ ਲੈ ਕੇ ਜਾ ਰਿਹਾ ਸੀ, ਜੋ ਕਿ ਕਾਫੀ ਟਾਈਮ ਤੋਂ ਜਿਵੇਂ ਸਾਡੇ ਧਿਆਨ 'ਚ ਆ ਕਿ ਜੋ ਚਾਈਨਾ ਡੋਰ ਇੱਕ ਤਰ੍ਹਾਂ ਦੀ ਸਿੰਥੈਟਿਕ ਡੋਰ ਹੈ ਜੋ ਨਾ ਸਿਰਫ ਜਾਨਵਰਾਂ ਲਈ ਪੰਛੀਆਂ ਲਈ ਹਾਨੀਕਾਰਕ ਆ, ਸਗੋਂ ਕਈ ਇੰਸੀਡੈਂਟ ਪੰਜਾਬ ਦੇ ਵਿੱਚ ਵੀ ਬਾਕੀ ਸਟੇਟਾਂ ਦੇ ਵਿੱਚ ਵੀ ਹੋਏ ਨੇ, ਜਿਸ ਵਿੱਚ ਚਾਈਨਾ ਡੋਰ ਨਾਲ ਕਈ ਲੋਕਾਂ ਦੀਆਂ ਧੌਣਾਂ ਵੀ ਖੱਟੀਆਂ ਗਈਆਂ ਅਤੇ ਕਈ ਜਗ੍ਹਾ ਡੈਥ ਵੀ ਹੋਏ ਨੇ। ਸੋ ਇਸ ਦੀ ਗੰਭੀਰਤਾ ਨੂੰ ਰੱਖਦੇ ਹੋਏ ਸਾਡੇ ਵੱਲੋਂ ਸਮੇਂ-ਸਮੇਂ ਤੇ ਦੁਕਾਨਾਂ ਦੀ ਚੈਕਿੰਗ ਵੀ ਕੀਤੀ ਜਾਂਦੀ ਹੈ, ਨਾਕਾਬੰਦੀ ਵੀ ਕੀਤੀ ਜਾਂਦੀ ਹੈ। ਰੀਸੈਂਟਲੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਵੀ 2017 ਦੇ ਵਿੱਚ ਚਾਈਨਾ ਡੋਰ ਨੂੰ ਪੂਰਨ ਤੌਰ ਤੇ ਬੈਨ ਕੀਤਾ ਗਿਆ ਸੀ, ਕਿਉਂਕਿ ਚਾਈਨਾ ਜੋ ਕਿ ਇੱਕ ਸਿੰਥੈਟਿਕ ਡੋਰ ਆ, ਇਟਸ ਏ ਨੋਨ ਬਾਇਓਡੀਗੇਬਲ ਪ੍ਰੋਡਕਟ ਜੋ ਕਿ ਕਦੇ ਵੀ ਧਰਤੀ ਦੇ ਵਿੱਚ ਸਮਾਉਣ ਤੋਂ ਬਾਅਦ ਵੀ ਖਤਮ ਨਹੀਂ ਹੁੰਦਾ। ਸੋ ਆਪਣੇ ਇਨਵਾਇਰਮੈਂਟ ਲਈ, ਓਵਰਆਲ ਇਕੋਸਿਸਟਮ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੈ ਅਤੇ ਸਾਡੇ ਦੇਖਣ ਦੇ ਵਿੱਚ ਵੀ ਆਉਂਦਾ ਕਿ ਕਈ ਜਾਨਾਂ ਵੀ ਇਹਦੇ ਕਰਕੇ ਗਈਆਂ ਨੇ। ਸੋ ਇਸ ਚੀਜ਼ ਨੂੰ ਰੱਖਦੇ ਹੋਏ ਪੁਲਿਸ ਪਾਰਟੀ ਵੱਲੋਂ ਇਹ ਬਰਾਮਦਗੀ ਕੀਤੀ ਗਈ ਆ ਅਤੇ ਮੈਂ ਸਾਰਿਆਂ ਨੂੰ ਇਹ ਸੁਣਿਆ ਵੀ ਦੇਣਾ ਚਾਹੁੰਦਾ ਵਾਂ ਅਤੇ ਸਾਰਿਆਂ ਨੂੰ ਸੁਚੇਤ ਵੀ ਕਰਨਾ ਚਾਹੁੰਦਾ ਵਾਂ ਅਤੇ ਸਾਨੂੰ ਹਿਊਮੈਨੀਟੇਰੀਅਨ ਪਰਪਸ ਦੇ ਬੇਸਿਸ 'ਤੇ ਵੀ ਸੋਚਣਾ ਚਾਹੀਦਾ ਕਿ ਥੋੜ੍ਹੇ ਜਿਹੇ ਇਕਨੋਮਿਕ ਬੈਨੀਫਿਟ ਪਿੱਛੇ ਆਪਾਂ ਆਪਣੇ ਵਾਤਾਵਰਨ ਦਾ, ਇਨਵਾਇਰਮੈਂਟ ਦਾ ਅਤੇ ਆਮ ਪੰਛੀਆਂ ਦਾ, ਲੋਕਾਂ ਦੀ ਸਿਹਤ ਨਾਲ ਆਪਾਂ ਇੰਨਾ ਖਿਲਵਾੜ ਕਰਦੇ ਹਾਂ। ਸੋ ਮੈਂ ਸਾਰਿਆਂ ਨੂੰ ਵਾਰਨਿੰਗ ਦਊਂਗਾ ਕਿ ਇਹ ਚਾਈਨਾ ਡੋਰ ਦਾ ਇਸਤੇਮਾਲ ਬਿਲਕੁਲ ਬੰਦ ਕੀਤਾ ਜਾਵੇ। ਅੰਮ੍ਰਿਤਸਰ ਦੇ ਵਿੱਚ ਜੋ ਮੈਜਿਸਟਰੇਟ ਐਗਜ਼ੈਕਟਿਵ ਆਰਡਰਸ ਨੇ ਉਹ ਵੀ ਜਾਰੀ ਕੀਤੇ ਗਏ ਨੇ ਕਿ ਕੋਈ ਵੀ ਚਰਨਾ ਜ਼ੋਰ ਨੂੰ ਪ੍ਰਯੋਗ ਨਹੀਂ ਕਰੂਗਾ, ਵੇਚੂਗਾ ਨਹੀਂ। ਅਗਰ ਕੋਈ ਵੇਚਦਾ ਵਾ ਤਾਂ ਉਸਦੇ ਖਿਲਾਫ਼ 188, 436 ਦੇ ਤਹਿਤ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਊਗੀ। 336 ਜੀ, 336 IPC ਦੇ ਤਹਿਤ ਅਗਰ ਕੋਈ ਬੰਦਾ ਕਿਸੇ ਦੀ ਵੀ ਸੇਫਟੀ ਜਾਂ ਕਿਸੇ ਦੀ ਵੀ ਜਾਨ ਨੂੰ ਖਤਰਾ ਪੈਦਾ ਕਰਦਾ ਵਾ ਤਾਂ ਉਸਦੇ ਖਿਲਾਫ਼ 336 ਦੀ ਕਾਰਵਾਈ ਕੀਤੀ ਜਾਂਦੀ ਹੈ। 188 ਜੋ ਕਿ ਇਸਨੇ ਜੋ ਸਾਡੇ ਐਗਜ਼ੈਕਟਿਵ ਮਿਨਿਸਟਰ ਦੇ ਆਰਡਰ ਸਨ ਉਹਨਾਂ ਦੀ ਆਗਿਆ ਕੀਤੀ ਹੈ। ਸੋ ਇਸਦੇ ਤਹਿਤ ਦੋਨਾਂ ਧਰਾਵਾਂ ਤਹਿਤ ਇਸਦੇ ਖਿਲਾਫ਼ ਕਾਰਵਾਈ ਕੀਤੀ ਬਿਲਕੁਲ ਜੀ। ਅਗਰ ਜਦੋਂ NGT ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਇਹ ਕਿਹਾ ਗਿਆ ਵਾ ਕਿ ਇਸਦੀ ਵਰਤੋਂ ਆਪਾਂ ਨਹੀਂ ਕਰ ਸਕਦੇ, ਬਟ ਇਹ ਵੀ ਦੇਖਣ ਵਿੱਚ ਆਇਆ ਕਿ ਜੋ ਇਹ ਸਿੰਥੈਟਿਕ ਡੋਰ ਹੈ ਇਹ ਹੋਰ ਵੀ ਕਈ ਕੰਮਾਂ ਲਈ ਪ੍ਰਯੋਗ ਹੁੰਦੀ ਹੈ। ਇਸ ਤੋਂ ਇਲਾਵਾ ਕਈ ਜਿਵੇਂ ਬੋਰੀਆਂ ਸਿਉਣ ਵਾਸਤੇ ਜਾਂ ਕਈ ਜਗ੍ਹਾ ਪ੍ਰਯੋਗ ਹੁੰਦੀ ਹੈ। ਇਸ ਕਰਕੇ ਮੈਨੂੰ ਲੱਗਦਾ ਕਿ ਪੂਰਨ ਤੌਰ 'ਤੇ ਪ੍ਰੋਡਕਸ਼ਨ ਤਾਂ ਇਹਦੀ ਬੰਦ ਕੀਤੀ ਨਹੀਂ ਜਾ ਸਕਦੀ, ਬਟ ਜਿਹੜੀ ਵੀ ਲੋਕ ਇਸ ਨੂੰ ਕਾਈਟ ਫਲਾਇੰਗ ਲਈ, ਗੋਡੇ ਪਤੰਗ ਉਡਾਉਣ ਲਈ ਯੂਜ਼ ਕਰਦੇ ਨੇ ਉਸ ਤਰੀਕੇ ਨਾਲ ਦੁਕਾਨਾਂ 'ਤੇ ਇਹ ਪੂਰਨ ਤੌਰ 'ਤੇ ਬਹਿਣਾ ਜੀ। ਜਿਹਦੇ ਵੱਲੋਂ ਲਿਆਂਦੀ ਗਈ ਸੀ ਉਹ ਕਿੱਥੋਂ ਲੈ ਕੇ ਆ ਰਿਹਾ ਸੀ ਅੱਗੇ, ਉਹਨੇ ਕਿੱਥੇ ਸਪਲਾਈ ਕਰਨੀ ਸੀ, ਕਿਸ ਤਰੀਕੇ ਨਾਲ ਉਹ ਡਿਲੀਵਰੀ ਕਰਦਾ ਸੀ ਜਾਂ ਹੋਮ ਡਿਲੀਵਰੀ ਦਾ ਵੀ ਕਾਫੀ ਕੰਮ ਹੈ ਜਿਹੜਾ ਲੋਹੜੀ ਦੇ ਤਿਉਹਾਰ ਦੇ ਵਿੱਚ ਚੱਲਦਾ ਜੀ। ਬਿਲਕੁਲ ਜੀ, ਇਸ ਵਿੱਚ ਜੀ ਦੋਸ਼ੀ ਤੋਂ ਡਿਟੇਲ ਦੇ ਵਿੱਚ ਪੁੱਛਗਿੱਛ ਕੀਤੀ ਗਈ ਹੈ। ਜਿਸ ਜਗ੍ਹਾ ਤੋਂ ਇਹ ਲੈ ਕੇ ਗਿਆ, ਜੋ ਬੈਕਵਰਡ ਲਿੰਕੇਜਸ ਆ ਜਿੱਥੇ ਇਹ ਲੈ ਕੇ ਆਏ, ਉਸ ਬੰਦੇ ਨੂੰ ਵੀ ਅਸੀਂ ਉਸ ਦੀ ਪੁੱਛਗਿੱਛ ਦੇ ਵਿੱਚ ਲੈ ਕੇ ਆਉਂਦਾ। ਹਜੇ ਉਸ ਬੰਦੇ ਦਾ ਅਸੀਂ ਨਾਮ ਰਿਵੀਲ ਨਹੀਂ ਕਰ ਸਕਦੇ ਕਿਉਂਕਿ ਉਸ 'ਤੇ ਵੀ ਰੇਡਸ ਕੀਤੇ ਜਾ ਰਹੇ ਨੇ। ਅਗਰ ਉਸ ਕੋਲੋਂ ਇਸ ਤਰੀਕੇ ਦੀ ਕੋਈ ਬਰਾਮਦਗੀ ਹੁੰਦੀ ਆ ਜਾਂ ਉਸਦਾ ਕੋਈ ਵੀ ਇਸ ਦੇ ਵਿੱਚ ਪਾਇਆ ਜਾਂਦਾ ਉਸਦਾ ਰੋਲ, ਤਾਂ ਉਸਨੂੰ ਵੀ ਇਸ ਵਿੱਚ ਨੋਮੀਨੇਟ ਕਰਕੇ ਅਰੈਸਟ ਕੀਤਾ ਜਾਊਗਾ। ਬਾਕੀ ਇਹ ਆਮ ਲੋਕਾਂ ਨੂੰ ਹੀ ਵੇਚਦੇ ਸਨ ਅੱਗੇ। ਸੋ ਮੈਂ ਆਮ ਲੋਕਾਂ ਨੂੰ ਵੀ ਇਹੀ ਰਿਕੁਐਸਟ ਕਰੂੰਗਾ ਕਿ ਅਗਰ ਤੁਸੀਂ ਪਤੰਗ ਉਡਾਉਣੇ ਹੋ, ਇਸ ਚੀਜ਼ ਦਾ ਸ਼ੌਂਕ ਰੱਖਦੇ ਹੋ,
ਤਾਂ ਜੋ ਸਾਡੀਆਂ ਰਵਾਇਤੀ ਡੋਰਾਂ ਨੇ ਜਿਵੇਂ ਕਾਟਨ ਦੀਆਂ ਪਹਿਲਾਂ ਆਪਾਂ ਯੂਜ਼ ਕਰਦੇ ਸੀ, ਸੋ ਸਾਨੂੰ ਉਹਨਾਂ ਦੇ ਪ੍ਰਯੋਗ ਕਰਨਾ ਚਾਹੀਦਾ ਵਾ ਬਲਾਈ ਇਨਸਟੈਡ ਆਫ ਯੂਜ਼ਿੰਗ ਦਿਸ ਚਾਈਨਾ ਡੋਰ। ਸਰ ਕਹਿੰਦੇ ਗੱਡੀ ਕਿਹੜੇ ਨੇ ਪ੍ਰੋਬਲਮ ਹੋ ਰਹੀ ਹੈ ਡਿੱਗੀ ਜੀ ਕਾਲੀ ਕਰ ਰਹੇ ਸਾਰੇ ਡੱਟੂ ਜਿਹੜੇ। ਬਿਲਕੁਲ ਜੀ, ਇਹਨੇ ਆਪਣੀ ਐਕਟਿਵਾ ਡਿੱਗੀ ਭਰੀ ਹੋਈ ਸੀ, ਫਰੰਟ ਤੇ ਵੀ ਕਾਫੀ ਰੱਖੀਆਂ ਹੋਈਆਂ ਸੀ। ਸਰ ਕਿੰਨੇ ਟੋਟਲ ਬਰਾਮਦ ਹੋਏ ਜੀ ਗੱਟੂ ਇਹਨਾਂ ਦੇ ਕੋਲੋਂ? ਇਹਨਾਂ ਕੋਲੋਂ ਜੀ ਟੋਟਲ 55 ਗੱਟੂ ਬਰਾਮਦ ਹੋਏ ਜੀ। ਤੇ ਕਿੱਥੇ ਲੈ ਕੇ ਜਾ ਰਹੀ ਸੀ ਇਹ ਗੱਡੀ? ਇਹ ਆਪਣੀ ਘਰ ਨੂੰ ਲੈ ਕੇ ਜਾ ਰਿਹਾ ਸੀਗਾ ਜੀ। ਸਰ ਚਾਈਨਾ ਡੋਰ ਦੀ ਜਿਹੜੀ ਕਾਰਵਾਈ ਹੈ ਵਿਚਰ ਵਾਲਿਆਂ ਤੇ ਹੋਊ ਜਾਂ ਉਡਾਣ ਵਾਲਿਆਂ ਤੇ ਹੋਊਗੀ? ਦੋਨਾਂ ਤੇ ਕਾਰਵਾਈ ਹੋਊਗੀ ਜੀ। ਚਾਈਨਾ ਡੋਰ ਦਾ ਵੇਚਣਾ ਵੀ ਮਨਾਹੀ ਹੈ ਜੀ, ਐਂਡ ਚਾਈਨਾ ਡੋਰ